ਬਾਪੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਪੂ ਜੀ, ਤੁਸੀਂ ਸਾਨੂੰ ਦੱਸੋ ਵੀ ਤੁਹਾਡਾ ਪਰਿਵਾਰ ਸੀਗਾ ਤੇ ਉਹ ਕਦੋਂ ਕੁ ਵਿਛੜਿਆ ਸੀ ਤੇ ਤੁਸੀਂ ਕਿੰਨੀ ਉਮਰ ਦੇ ਸੀਗੇ ਉਦੋਂ? ਉਦੋਂ ਜੀ ਮੈਂ 6 ਮਹੀਨਿਆਂ ਦਾ ਸੀ। ਅੱਛਾ, ਰੌਲਾ ਪੈ ਗਿਆ। ਅੱਛਾ, ਉਹਦਾ ਨਾਮ ਦੇ ਤੇ ਮੈਂ ਇੱਥੇ ਰਹਿ ਗਿਆ। ਅੱਛਾ, ਇੱਥੇ ਮੇਰੀ ਮਾਂ ਨੇ ਛਾਲ ਮਾਰੀ ਜਾ ਕੇ। ਅੱਛਾ, ਤੇ ਮੈਨੂੰ ਲੋਕਾਂ ਨੇ ਸਾਂਭ ਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਪ੍ਰੀਤ ਸਿੰਘ ਖੁੰਡ ਪੰਜਾਬ ਦੇ ਚੈਨਲ ਤੋਂ। ਤੇ ਬਾਈ ਜੀ, ਅੱਜ ਤੁਹਾਨੂੰ ਮਿਲਾਵਾਂਗੇ ਆਪਣੇ ਇੱਕ ਬਾਬਾ ਜੀ ਆ, ਤੇ ਜੋ ਕਿ ਬਚਪਨ ਦੇ ਵਿੱਚ ਹੀ ਆਪਦੇ ਪਰਿਵਾਰ ਤੋਂ ਵਿਛੜ ਗਏ ਸੀਗੇ। ਤੇ ਜਦੋਂ ਵਿਛੜੇ ਤਾਂ ਇਹਨਾਂ ਦਾ ਅੱਧਾ ਪਰਿਵਾਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀਗਾ। ਤੇ ਇਹਨਾਂ ਦੀ ਹੁਣ ਜਿਹੜੀ ਕਹਾਣੀ ਆ ਤੁਹਾਨੂੰ ਆਪਾਂ ਸਾਡੀ ਵੀਡੀਓ ਦੇ ਰਾਹੀਂ ਦੱਸਾਂਗੇ, ਤੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਸਾਰਾ ਕੁਝ ਕਿਵੇਂ ਹੋਇਆ ਸੀ ਤੇ ਕਦੋਂ ਹੋਇਆ ਸੀਗਾ। ਆਜੋ ਜੀ। ਤੇ ਵੀ ਮਾਤਾ ਜੀ ਨੇ ਤੁਹਾਡੀ ਨੇ ਮਤਲਬ ਨਹਿਰ 'ਚ ਛਾਲ ਮਾਰਤੀ ਸੀ ਉਦੋਂ? ਹਾਂਜੀ। ਤੇ ਤੁਸੀਂ ਉਦੋਂ ਛੋਟੇ ਜਿਹੇ ਹੁੰਦੇ, ਤੁਹਾਨੂੰ ਲੋਕਾਂ ਨੇ ਸਾਂਭਿਆ ਸੀਗਾ? ਹਾਂਜੀ, ਲੋਕਾਂ। ਅੱਛਾ, ਪਾਲਿਆ ਹੀ ਲੋਕਾਂ ਨੇ ਮੈਨੂੰ। ਅੱਛਾ, ਪਾਲਿਆ ਲੋਕਾਂ ਨੇ ਆ। ਤੇ ਤੁਹਾਡਾ ਇਧਰਲੇ ਪਾਸੇ ਪਾਕਿਸਤਾਨ ਤੋਂ ਹੋਰ ਇਧਰ ਕਿਹੜਾ ਪਰਿਵਾਰ ਸੀਗਾ ਆਪਣਾ ਜੀ? ਕੋਈ ਸੀਗੇ ਹੋਰ ਬੰਦੇ ਵੀ ਸੀਗੇ ਇਧਰ ਕੋ? ਉਧਰ ਇਧਰ ਜੀ ਇਧਰ? ਹਾਂ ਜੀ, ਹੋਰ ਹੈ ਨਹੀਂ ਸੀਗੇ, ਕੋਈ ਨਹੀਂ। ਇਹ ਮੇਰੇ ਮਾਮੇ ਸੀਗੇ ਜਿਹੜੇ ਸੀਗੇ। ਅੱਛਾ, ਮਾਮੇ ਵੀ ਇਧਰ? ਜਿਨ੍ਹਾਂ ਨੇ ਮੈਨੂੰ ਲੋਕਾਂ ਨੇ ਉਹਨਾਂ ਨੂੰ ਸੰਭਾਇਆ, ਉਹਨਾਂ ਨੇ ਵੀ ਮੈਨੂੰ ਪਾਲਿਆ। ਮੈਂ ਛੋਟਾ ਹੀ ਸੀ ਉਦੋਂ ਵੀ। ਅੱਛਾ ਅੱਛਾ ਜੀ। ਪਹਿਲਾਂ ਮੈਂ ਨਿੱਕਾ ਵਾਲਾ ਸੀ। ਅੱਛਾ, ਫਿਰ ਜਦੋਂ ਲਿਆਂਦੇ ਪਿੰਡ ਦੇ ਨਾਲ ਦੇ ਸੀਗੇ। ਹਾਂਜੀ, ਜ਼ਮੀਨ ਵੀ ਦਿੱਤੀ, ਸਾਰਾ ਕੁਝ ਦਿੱਤਾ। ਅੱਛਾ, ਜ਼ਮੀਨ ਇੱਥੇ ਰਹਿਣ ਖਾਤਰ? ਹਾਂ, ਮੈਨੂੰ ਜ਼ਮੀਨ ਮੈਨੂੰ ਵੀ ਦਿੱਤੀ ਸੀ ਉਹਨੇ। ਅੱਛਾ, ਤੇ ਆ ਘਰ ਵੀ ਉਸੇ ਦਾ ਹੀ ਦਿੱਤਾ ਹੋਇਆ ਮੈਨੂੰ। ਅੱਛਾ ਅੱਛਾ, ਜੱਦੀ? ਅੱਛਾ, ਉਹੀ ਘਰ ਆ ਜਦੋਂ ਪਹਿਲਾਂ ਤੁਸੀਂ ਸਟਾਰਟ ਕੀਤਾ ਸੀ? ਉਹ ਸਾ ਮੁੰਡੇ ਅੱਡ ਹੋਏਗਾ ਮੇਰੇ ਭਤੀਜੇ ਇੱਧਰ। ਅੱਛਾ ਜੀ, ਤੇ ਉਹ ਮੈਂ ਮੁੰਡਿਆਂ ਕੋਲ ਹੀ ਰਹਿਣਾ, ਭਤੀਜਿਆਂ ਕੋਲ। ਪਹਿਲਾਂ ਤੋਂ ਤੁਹਾਡਾ ਹੁਣ ਇੱਥੇ ਪਰਿਵਾਰ ਆਪਦਾ? ਹਾਂ, ਪਾਲਿਆ ਮੈਂ, ਵਿਆਹਿਆ। ਵਿਆਹ ਨਹੀਂ ਕਰਾਇਆ ਯਾਰ, ਮਾਮੇ ਦੇ ਪੋਤੇ ਆ। ਅੱਛਾ, ਤੇ ਮਾਮੇ ਦੇ ਪੋਤੇ ਆ? ਹਾਂਜੀ, ਪਿਆ ਪਾਲਿਆ ਹੈ ਇਹਨਾਂ ਦੇ ਵਿਆਹ। ਤੇ ਬਾਪੂ, ਜਿਹੜਾ ਤੁਸੀਂ ਦੱਸਿਆ ਮਾਤਾ ਜੀ ਹਨਾ ਵੀ ਨਹਿਰ 'ਚ ਛਾਲ ਮਾਰ ਗਏ ਸੀ, ਤੇ ਉਹਨਾਂ ਦਾ ਕੀ ਕਾਰਨ ਸੀਗਾ ਨਹਿਰ 'ਚ ਛਾਲ ਮਾਰਨ? ਉਹ ਦਿਮਾਗ ਖੇਲ ਗਿਆ ਸੀ ਉਹਨਾਂ ਦਾ, ਜਦੋਂ ਉਹਨਾਂ ਨੇ ਪਤਾ ਲਿਆ ਨਾ ਕਿ ਸਾਡਾ ਕੋਈ ਰਹਿਆ। ਉਹ ਕਹਿੰਦੇ ਕੋਈ ਰਹਿਆ ਨਹੀਂ। ਅੱਛਾ, ਇਹ ਸਾਰੇ ਖਤਮ ਹੋ ਗਏ? ਉਹ ਦਿਮਾਗ ਖੇਲ ਗਿਆ। ਠੀਕ ਹੈ। ਤੇ ਜਦੋਂ ਮਾਤਾ ਜੀ ਨੇ ਛਾਲ ਮਾਰੀ, ਤੁਹਾਡੀ ਉਮਰ ਮੇਰੇ ਹਿਸਾਬ ਨਾਲ ਇਹਨਾਂ ਦੀ ਸਾਲ ਕੁ ਦੀ ਉਮਰ ਸੀਗੀ ਜਦੋਂ? ਬਸ ਇਹ ਜਾ ਕੁਛ ਸਾਲ ਕੁ ਵੀ ਹੋ, 8 ਮੈਨੂੰ ਕੋਈ ਸੁਰਤ ਨਹੀਂ, ਤੁਹਾਨੂੰ ਕੋਈ ਸੁਰਤ ਨਹੀਂ, ਨਾ ਕੋਈ ਪਤਾ ਨਹੀਂ, ਲੋਕਾਂ ਨੇ ਦੱਸਿਆ। ਅੱਛਾ ਜੀ, ਵੀ ਲੋਕਾਂ ਨੇ ਤੁਹਾਨੂੰ, ਜਦੋਂ ਤੁਸੀਂ ਸਿਆਣੇ ਹੋਏ ਤੁਹਾਨੂੰ ਬਾਅਦ ਲੋਕਾਂ ਤੋਂ ਪਤਾ ਲੱਗਿਆ ਇਹ ਗੱਲ ਵੀ ਇਦਾਂ ਇਦਾਂ ਹੋਇਆ ਸੀ, ਇਦਾਂ ਦਾ ਹੋਇਆ ਸਭ ਕੁਝ? ਠੀਕ ਹੈ। ਤੇ ਤੂੰ ਤੁਹਾਡਾ ਹੁਣ ਪਿੱਛੇ ਵੀਜ਼ਾ ਵੀ ਲਵਾਇਆ ਸੀਗਾ, ਤੁਸੀਂ ਬਾਹਰ ਆਪਦੇ ਭਰਾ ਨੂੰ ਮਿਲ ਕੇ ਆਏ ਸੀਗੇ, ਤੇ ਉਹਨਾਂ ਨਾਲ ਉਹਨਾਂ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਡਾ ਪਰਿਵਾਰ ਅੱਜ ਵੀ ਜਿਉਂਦਾ ਤੇ ਮੇਰਾ ਭਰਾ ਜਿਉਂਦਾ ਜੀ? ਉਹ ਜਦੋਂ ਜੀ ਸਾਡਾ ਮੇਲ ਹੋਇਆ ਨਾ, ਹਾਂਜੀ, ਉਹਨੇ ਮੈਨੂੰ ਪੁੱਛਿਆ, ਹਾਂਜੀ, ਕਹਿੰਦਾ ਕੀ ਨਾਂ ਸੀ ਮਾਤਾ ਦਾ? ਮੈਂ ਕਿਹਾ ਜੀ ਭਾਗੀ ਸੀ। ਕਹਿੰਦਾ ਪਿਓ ਦਾ ਨਾਂ? ਮੈਂ ਕਿਹਾ ਬਲੀ ਸੀ। ਉਹ ਕਹਿੰਦਾ ਫਿਰ ਤੂੰ ਮੇਰਾ ਭਰਾ ਹੀ ਹੈ। ਅੱਛਾ ਜੀ, ਤੇ ਨਨਕਾਣਾ ਸਾਹਿਬ ਮਿਲੇ ਸੀ ਸਭ ਤੋਂ ਪਹਿਲਾਂ ਗੁਰਦੁਆਰ? ਹਾਂ, ਉੱਥੇ ਮਿਲੇ ਫਿਰ। ਤੇ ਤੁਸੀਂ ਮਿਲਾਇਆ ਸੀ ਨਾ ਬਾਈ ਜੀ ਇਹਨਾਂ ਨੂੰ ਨਨਕਾਣਾ ਸਾਹਿਬ ਵਿਖੇ? ਤੇ ਤੁਸੀਂ ਕਿਵੇਂ ਭਾਲ ਕੀਤੀ ਇਹਨਾਂ ਦੇ ਭਰਾ ਦੀ? ਇਹਨਾਂ ਦੇ ਭਰਾ ਦੀ ਭਾਲ ਇਸ ਤਰ੍ਹਾਂ ਹੋਈ ਹੈ, ਜਿਹੜਾ ਮੇਰਾ ਸਾਧੂ ਆ ਜਗਰਾਓਂ। ਅੱਛਾ ਜੀ, ਉਹਨਾਂ ਦਾ ਜਿਹੜਾ ਪਿਛਲਾ ਮੰਨ ਲਓ ਬਜ਼ੁਰਗਾਂ ਦਾ ਪਿੰਡ ਸੀ, ਉਹ ਪਾਕਿਸਤਾਨ 'ਚ ਸੀ। ਅੱਛਾ ਜੀ, ਅਤੇ ਉਹ ਮੇਰਾ ਸਾਧੂ ਪਾਕਿਸਤਾਨ ਦੀਆਂ ਵੀਡੀਓ ਬਾਹਲੀਆਂ ਦੇਖਦਾ ਸੀ, ਨਾਸਰ ਢਿੱਲੋਂ ਦੀਆਂ, ਪੰਜਾਬੀ ਲਹਿਰ ਵਾਲਿਆਂ ਦੀਆਂ। ਅੱਛਾ, ਅਤੇ ਉਹ ਜਦੋਂ ਵੀਡੀਓ ਦੇਖਦੇ ਦੇਖਦੇ ਇੱਕ ਦਿਨ ਕਿਤੇ ਇਹਦੇ ਭਰਾ ਦੀ ਵੀਡੀਓ ਆ ਗਈ, ਜਦੋਂ ਉਹਨੇ ਫੂਲੇ ਵਾਲੇ ਦਾ ਨਾਂ ਲਿਆ ਅਤੇ ਜਗਰਾਓਂ ਦਾ ਨਾਂ ਲਿਆ, ਵੀ ਜਗਰਾਓਂ ਮੇਰਾ ਪਿੰਡ ਸੀ ਅਤੇ ਫੂਲੇ ਵਾਲੇ ਨਾਨਕੇ ਸੀ। ਉਹਨੇ ਸਾਰੀ ਵੀਡੀਓ ਦੇਖ ਕੇ ਮੇਰੇ ਸਾਧੂ ਨੇ ਫਿਰ ਮੈਨੂੰ ਫੋਨ ਲਾ ਲਿਆ, ਕਹਿੰਦਾ ਵੀ ਐਂ ਕਰਕੇ ਯਾਰ ਤੁਹਾਡੇ ਪਿੰਡ ਦਾ ਨਾਂ ਲੈਂਦਾ ਬੰਦਾ, ਤੇ ਜਗਰਾਓਂ ਉਹਦਾ ਪਿੰਡ ਸੀ, ਤੁਹਾਡੇ ਪਿੰਡ ਨਾਨਕੇ ਸੀ। ਤੇ ਫਿਰ ਮੈਂ ਉਹਦੀ ਅੰਦਾਜ਼ਾ ਲਾ ਲਿਆ ਸੀ ਵੀ ਜਿਹੜਾ ਸ਼ੀਕਾ ਖਾਨ ਆ ਉਹਦਾ ਭਰਾ ਵਿਛੜਿਆ ਵਾ 47 ਵੇਲੇ ਦਾ, ਵੀ ਉਸੇ ਦਾ ਭਾਈ ਹੋਊ ਉਹ। ਅੱਛਾ ਜੀ, ਫਿਰ ਮੈਂ ਉਹਦੇ ਨਾਲ ਜਦੋਂ ਗੱਲਬਾਤ ਕਰਕੇ ਫੋਨ ਕੱਟਿਆ ਤੇ ਉਦੋਂ ਬਾਅਦ ਜਦੋਂ ਮੈਂ ਉਹਦੀ ਵੀਡੀਓ ਦੇਖੀ ਤੇ ਫਿਰ ਉਹਦੀ ਸ਼ਕਲ ਵੀ ਇਹਦੇ ਨਾਲ ਮਿਲਦੀ ਸੀ, ਬਾਕੀ ਮੈਂ ਉਹਦੀਆਂ ਜਦੋਂ ਗੱਲਾਂ ਸੁਣੀਆਂ ਤਾਂ ਇਹਨਾਂ ਦੇ ਪਰਿਵਾਰ ਦਾ ਨਾਂ ਲੈਂਦਾ ਇਹਦੇ ਮਾਮਿਆਂ ਦਾ, ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਭਰਾ ਹੀ ਆ, ਵੀ ਇਹਨਾਂ ਦਾ ਭਰਾ। ਫਿਰ ਮੈਂ ਨਾਸਰ ਢਿੱਲੋਂ ਨਾਲ ਪੰਜਾਬੀ ਲਹਿਰ ਚੈਨਲ ਵਾਲੇ ਨਾਲ ਗੱਲਬਾਤ ਕਰੀ, ਫਿਰ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਜਿਹੜਾ ਤੁਸੀਂ ਵੀਡੀਓ ਪਾਈ ਆ ਵੀ ਇਹ ਬਜ਼ੁਰਗਾਂ ਦਾ ਭਰਾ ਸਾਡੇ ਪਿੰਡ ਹੈਗਾ, ਫਿਰ ਉਹਨਾਂ ਨੇ ਇਹ ਬਜ਼ੁਰਗਾਂ ਨਾਲ ਗੱਲ ਕਰਕੇ ਇਹਦੇ ਭਰਾ ਨਾਲ ਯਾਨੀ ਵਟਸਐਪ ਤੇ ਵੀਡੀਓ ਕਾਲ ਰਾਹੀਂ ਇਹਨਾਂ ਦੀ ਗੱਲਬਾਤ ਕਰਵਾਈ, ਫਿਰ ਮੇਰੀ ਗੱਲਬਾਤ ਕਰਾਈ 19 ਦੇ ਵਿੱਚ, 2019 ਦੇ ਵਿੱਚ ਤੁਹਾਡੀ ਪਹਿਲੀ ਵਾਰੀ ਤੁਹਾਡੀ ਜਿਹੜੀ ਮੁਲਾਕਾਤ ਸੀ ਉਦੋਂ ਹੋਈ ਸੀਗੀ। ਹਾਂ, ਫਿਰ ਉਹ ਮੈਨੂੰ ਕਹਿੰਦਾ ਤੂੰ ਆ ਜਾ, ਮੈਂ ਕਿਹਾ ਮੈਂ ਕਿਹਾ ਕਿਤੇ ਗਿਆ ਆ ਜੀ, ਮੈਂ ਕਿਹਾ ਜਾਣਦੇ ਨਹੀਂ ਕਿਸੇ ਨੂੰ, ਮੈਂ ਕਿਹਾ ਤੂੰ ਆ ਜਾ
ਕਹਿੰਦਾ ਜਿੰਨਾ ਚਿਰ ਤੂੰ ਨਹੀਂ ਨਾ ਇੱਧਰ ਆਉਂਦਾ ਉਹਨਾਂ ਚ ਸਾਡਾ ਨਹੀਂ ਲੱਗਦਾ। ਅੱਛਾ, ਪਹਿਲਾਂ ਤੈਨੂੰ ਇਹ ਡਰਾਉਣਾ ਪੈਣਾ। ਹਾਂ ਤੇ ਜਦੋਂ ਤੁਹਾਨੂੰ ਐ ਪਤਾ ਲੱਗਿਆ ਵੀ ਹਾਂ ਮੈਂ ਮਿਲ ਸਕਦਾ ਆਪਦੇ ਭਰਾਵਾਂ ਨੂੰ ਤੇ ਵੀ ਮੇਰਾ ਭਰਾ ਜਾਉਂਦਾ, ਤੇ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਸੀ? ਬਹੁਤ ਜ਼ਿਆਦਾ ਹੋਈ। ਬਹੁਤ ਜ਼ਿਆਦਾ ਹੋਈ ਸੀਗੀ ਵੀ ਚਲੋ ਮੇਰਾ ਪਰਿਵਾਰ ਚ ਕੋਈ ਤਾਂ ਜਾਉਂਦਾ। ਯਾਰ ਰੇਲੀ ਗਏ ਆਂ ਚਾਂ ਦੋਨੇ। ਅੱਛਾ ਜੀ, ਜਦੋਂ ਮਿਲਿਆ ਸੀ, ਜਦੋਂ ਮਿਲੇ ਤਾਂ ਰੋਈ ਗਏ ਪਹਿਲਾਂ ਤਾਂ। ਹੁੰਦਾ ਹੀ ਆ ਜੀ, ਹਣਾ ਆਈ ਚੰਬੜ ਗਿਆ ਉਹ ਵੀ। ਹਾਂ, ਲੋਕ ਵੀ ਰੋਣ ਲੱਗ ਗਏ ਜੀ। ਅੱਛਾ ਜੀ, ਅਨੁਭਵ ਕੇ ਜਦੋਂ ਨਨਕਾਣਾ ਸਾਹਿਬ ਮਿਲੇ ਤੁਸੀਂ? ਹਾਂਜੀ, ਹੁੰਦਾ ਹੀ ਆ ਜੀ ਜਦੋਂ, ਹਣਾ। ਤੇ ਇੱਕ ਤੁਹਾਡਾ ਉਧਰ ਹੁਣ ਕਿੰਨਾ ਕੁ ਪਰਿਵਾਰ ਆ ਜੀ ਪਾਕਿਸਤਾਨ ਦੇ ਵਿੱਚ? ਉਧਰ ਉਹਦੇ ਚਾਰ ਮੁੰਡੇ ਆ। ਅੱਛਾ ਜੀ, ਦੋ ਕੁੜੀਆਂ, ਚਾਰੇ ਮੁੰਡੇ ਪਿਆ ਹੈਗੇ ਆ। ਜਮੀਨ ਉਹਨੂੰ ਮਜੀਬੀ ਆ ਤੇ ਜਵਾਕ ਚੱਲਾ ਉਹਨਾਂ ਦਾ ਸਾਰਾ ਹੈਗੇ ਉਹ 15-16 ਜਾਣੇ ਆ। ਬੁੜੀਆਂ ਹੋਗੀਆਂ ਚਾਰ, ਇੱਕ ਮੇਰੇ ਭਰਾ ਦਾ ਭਾਈ ਹੈਗਾ ਖਣੀ, ਮਾਸੀ ਦਾ ਮੁੰਡਾ, ਮਾਸੀ ਦਾ ਮੁੰਡਾ, ਚਾਚੇ ਦਾ, ਉਹ ਵਿਆਹਾ ਵਾ, ਉਹ ਵੀ ਨਾਲ ਹੀ ਆ। ਪਿੰਡ ਕਿਹੜਾ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਦਾ? ਬੁਗੜਾਂ ਵਾਜੀਆਂ, ਬੁਗੜਾਂ, ਐਸਲਾਬਾਦ ਕੋਲ। ਤੇ ਜਦੋਂ ਤੁਸੀਂ ਉੱਥੇ ਗਏ ਤੁਹਾਡਾ ਦਿਲ ਪੂਰਾ ਖੁਸ਼ ਹੋਇਆ ਵੀ ਪੂਰਾ ਹੋ ਗਿਆ ਸੀ? ਤੁਹਾਡਾ ਜੀ ਨਹੀਂ ਸੀ ਕਰਦਾ ਨਾ ਇਧਰ ਆਉਣ ਨੂੰ ਫਿਰ ਵਾਪਸ? ਜੀ ਤਾਂ ਇਹਨਾਂ ਨੂੰ ਮਿਲਣ। ਤੁਸੀਂ ਦੁਬਾਰੇ ਹੁਣ ਜਾਣਾ ਹੁਣ ਫਿਰ ਉੱਥੇ ਮਿਲਣਾ ਆਪਦੇ ਭਰਾ ਨੂੰ? ਜਾਣਾ ਪਊਗਾ ਜਦੋਂ ਸਾਜਿਆ ਉਹ। ਅੱਛਾ, ਤੇ ਉਹ ਤੁਹਾਡਾ ਭਰਾ ਵੀ ਇੱਥੇ ਆਇਆ ਸੀ ਮਿਲਣ ਤੁਹਾਨੂੰ? ਹਾਂ, ਉਹ ਆਇਆ ਸੀ। ਉਹ ਕਿੰਨਾ ਟਾਈਮ ਲੱਗ ਗਿਆ ਇੱਥੇ ਤੁਹਾਡਾ? ਲੱਗ ਗਿਆ ਜੀ ਜੋ 2.5 ਮਹੀਨੇ ਲੱਗ ਗਿਆ। ਡੇਢ ਮਹੀਨਾ? ਡੇਢ ਮਹੀਨਾ ਲੱਗ ਗਿਆ, ਡੇਢ ਮਹੀਨਾ ਲੱਗ ਗਿਆ। ਅੱਛਾ, ਉਹ ਜੋ ਕਾਇਮ ਹੋ ਗਿਆ ਪੂਰਾ ਆ ਕੇ ਇੱਥੇ? ਅੱਛਾ, ਖੁਸ਼ ਹੋ ਗਿਆ ਨਾਲੇ ਵੀ, ਰੂਹ ਖੁਸ਼ ਹੋ ਜਾਂਦੀ ਹੈ ਨਾ ਜੀ ਇਹ ਗੱਲ। ਉਹ ਕਿਹਾ ਪਾਣੀ ਬੜਾ ਚੰਗਾ। ਅੱਛਾ, ਪਾਣੀ ਨਾਲ ਹੀ ਚੱਕੜਾ ਹੋ ਗਿਆ। ਅੱਛਾ, ਪਾਣੀ ਵੀ ਵੀ ਗਿਆ ਇੱਥੋਂ ਦਾ? ਉਹਦਾ ਉਹ ਸੁਰਦਾ ਸੀ ਪੰਜਾਬ ਫਿਰ। ਅੱਛਾ, ਉਹਦਾ ਕਹਿੰਦਾ ਕਹਿੰਦਾ ਮੈਂ ਚੱਲ ਚੱਲ ਜਾਵਾਂਗਾ। ਅੱਛਾ, ਕਹਿੰਦਾ ਜਾਣ ਤੇ ਚਿੱਤ ਨਹੀਂ ਕਰਦਾ? ਇਹਨਾਂ ਲੋਕਾਂ ਨੂੰ ਕਿਹਾ ਉਹਨੇ ਸਾਰੇ ਪਿੰਡ ਨੂੰ। ਹਾਂ, ਕਹਿੰਦਾ ਮੈਂ ਦੱਸ ਦਿਨਾਂ ਨੂੰ ਫੇਰ ਆ ਗਿਆ। ਅੱਛਾ, ਮੈਂ ਨਹੀਂ ਜਾਣ ਦਾ ਉੱਤਰ। ਜਦੋਂ ਮੈਂ ਗਿਆ ਸੀ ਇੱਥੋਂ, ਕੁੱਲ ਨੇ ਮੈਨੂੰ ਪੈਸੇ ਦਿੱਤੇ ਸੀ। ਅੱਛਾ, ਫਿਰ ਇੱਕ ਘਰ ਨੇ 40-50 ਹਜ਼ਾਰ ਰੁਪਇਆ ਇਕੱਠਾ ਕਰਕੇ। ਅੱਛਾ, ਜਦੋਂ ਤੁਸੀਂ ਗਏ ਸੀ ਇੱਥੋਂ? ਨਹੀਂ, ਤੇ ਬਾਪੂ ਜਦੋਂ ਤੁਸੀਂ ਉੱਥੇ ਗਏ ਪਾਕਿਸਤਾਨ ਦੇ ਵਿੱਚ, ਹਨਾ, ਪਿੰਡ ਬੋਗਣਾ ਚ, ਤੇ ਜਦੋਂ ਤੁਸੀਂ ਆਪਦੇ ਭਰਾ ਦੇ ਘਰ ਰਹੇ ਹੋ ਤੇ ਅੱਗੇ ਪਿੱਛੇ ਗਵਾਂਢੀ ਤੁਹਾਡੇ ਕੋਲ ਆਉਂਦੇ ਸੀ ਗੱਲਾਂ ਬਾਤਾਂ? ਬਾਰੇ ਆਉਂਦੇ ਸੀ ਬਹੁਤ ਜ਼ਿਆਦਾ, ਰਾਤ ਨੂੰ ਨਾ ਅੱਧੀ ਰਾਤ ਕਰਾਂ, ਵੇਲਾ ਬੜਾ ਵੱਡਾ ਇਹਨਾਂ ਦਾ, ਮੰਜੇ ਦਾ ਹੈ ਵੇ, ਕੇ ਬਾਰੇ ਪੀਂਦੇ ਆ, ਹੁੱਕੇ ਪੀਂਦੇ ਆ, ਹੁੱਕੇ ਬਾਰੇ ਪੀਂਦੇ ਆ, ਤੇ ਭਾਈ ਸੌਂ ਨਾ ਜਾ ਕਰ, ਮੈਨੂੰ ਨੀਂਦ ਆ ਕਰੇ, ਉਹ ਗੱਲਾਂ ਕਰ। ਅੱਛਾ, ਫਲਾਣੇ ਅਸੀਂ ਪੰਜਾਬ ਚੋਂ ਆਏ ਹਾਂ, ਫਲਾਣੇ ਪੰਜਾਬ ਚੋਂ, ਫਲਾਣੇ ਪਿੰਡੋਂ ਆਏ ਹਾਂ, ਉਹ ਸਾਰਾ ਪਿੰਡ ਹੀ ਇੱਧਰ ਹੋ ਗਿਆ ਵਾ। ਅੱਛਾ ਜੀ, ਸਾਰੇ ਮੁਸਲਮਾਨਾਂ ਦਾ ਪਿੰਡ ਹੀ ਆ ਉਹ ਜਿੱਥੇ ਇੱਧਰੋਂ ਜਿਹੜਾ ਗਿਆ ਹੋਇਆ। ਹਾਂ, ਸਾਰੇ। ਫਿਰ ਤੁਸੀਂ ਅੱਗੇ ਪਿੱਛੇ ਦੇ ਪਿੰਡ ਘੁੰਮੇ, ਦੇਖਿਆ ਉਹ ਸਾਰਾ ਅੱਗੇ ਪਿੱਛੇ ਮਾਹੌਲ ਪਾਕਿਸਤਾਨ? ਹਾਂ ਜੀ, ਦੇਖਿਆ ਸਾਰੇ ਜੀ। ਅੱਛਾ, ਪਿੰਡ ਲੋਕ ਬਹੁਤ ਚੰਗੇ ਆ ਗਏ, ਹੋਰ ਵੀ ਬੜਾ ਪਿਆਰ ਕਰਿਆ ਵੀ ਲੋਕਾਂ ਨੇ ਬਹੁਤ ਜ਼ਿਆਦਾ। ਹੋਰ ਵੀ ਤੁਹਾਡੇ ਕੋਲ ਬੰਦੇ ਆਉਂਦੇ ਹੋਣਗੇ ਉਧਰਲੇ ਪਿੰਡਾਂ ਦੇ ਵੀ ਸਾਡਾ? ਹਾਂ ਹਾਂ, ਬੜੇ ਯਾਰਾ ਉਹ ਪਿੰਡ ਚ ਵਸਦਾ ਬੜੇ ਜੀ, ਉੱਥੇ ਥੋੜੀ ਜੀ ਜੋਰ ਥਾਣਾ ਦਾ ਥਾਣੇਦਾਰ ਆਪ ਵੱਡਾ ਅਫਸਰ, ਉਹ ਵੀ ਮਿਲ ਕੇ ਗਿਆ ਮੈਨੂੰ। ਅੱਛਾ ਜੀ, ਬਹੁਤ ਦੂਰੋਂ ਦੂਰੋਂ ਆਏ ਆ। ਐਵੇਂ ਕਹੇ ਜੀ, ਜਿਵੇਂ ਉਧਰ ਆਪਣੇ ਇਧਰ ਵੱਖ ਵੱਖ ਧਰਮਾਂ ਦੇ ਲੋਕ, ਜਿਵੇਂ ਹੁਣ ਇੱਕੋ ਪਿੰਡ ਆ, ਠੀਕ ਹੈ ਜੀ, ਤੁਸੀਂ ਮੁਸਲਮਾਨ ਹੋ ਜੀ, ਠੀਕ ਹੈ, ਅੰਕਲ ਜੀ ਅੰਕਲ ਜੀ ਸਿੱਖ ਹੈ ਜੀ, ਠੀਕ ਹੈ, ਜਿਵੇਂ ਆਪਣੇ ਤੇ ਸਾਰੇ ਵੀ ਮਿਲ ਵੰਡ ਕੇ ਰਹਿੰਦੇ, ਸਾਰੇ ਇਕੱਠੇ ਰਹਿੰਦੇ, ਭਰਾ ਵਾਂਗੂ ਰਹਿੰਦੇ ਆ। ਹਾਂ, ਭਰਾ ਵਾਂਗੂ, ਇਹਨਾਂ ਦੇ ਦਿਲ ਚ ਕੋਈ ਗੱਲ ਨਹੀਂ ਗੀ ਵੀ ਯਾਰ ਤੂੰ ਮੁਸਲਮਾਨ ਆ, ਤੂੰ ਛੋਟੀ ਜਾਤ ਦਾ, ਜਾਂ ਜਮਾਈ ਨਹੀਂ, ਜਿਵੇਂ ਇੱਧਰ ਆਪਣੇ ਭਾਈਚਾਰਾ ਪੂਰਾ ਵਧੀਆ ਹੈਗਾ ਪੂਰਾ। ਉਹ ਕਹਿੰਦੇ ਅਸੀਂ ਤਾਂ ਇਹ ਸਿੱਖਾਂ ਨੂੰ ਮਿਲ ਗਏ ਤਾਂ ਲੋਟ ਆ। ਅੱਛਾ, ਸਾਨੂੰ ਖੁੱਲ ਹੋ ਗਏ ਸੀ ਨਾਲ ਰਲ ਗਏ ਇਹਨਾਂ ਦੇ। ਅੱਛਾ ਅੱਛਾ, ਰੌਲੇ ਵੇਲੇ ਸਾਨੂੰ ਇਹਨਾਂ ਨੇ ਕੁਛ ਵੀ ਨਹੀਂ ਕਿਹਾ। ਅੱਛਾ, ਸਿੱਖਾਂ ਨੇ? ਹਾਂ, ਠੀਕ, ਸਾਨੂੰ ਜਿਹੜੀ ਦੂਜੀ ਕੌਮ ਸੀਗੀ ਹਿੰਦੂ, ਸਾਨੂੰ ਉਹਨਾਂ ਨੇ ਮਾਰਿਆ, ਉਹਨਾਂ ਨੇ ਸ਼ਹਿਰਾਂ ਦੇ ਵਿੱਚ ਰੌਲਾ ਪਾ ਕੇ ਸਾਨੂੰ ਉਠਾਇਆ। ਅੱਛਾ, ਸਿੱਖਾਂ ਨੇ ਤਾਂ ਸਾਨੂੰ ਬਚਾਇਆ। ਅੱਛਾ, ਉਸ ਟਾਈਮ ਦੇ ਵਿੱਚ 84 ਦੀ ਗੱਲ ਕਰੀਏ, ਉਹ ਜਿਹੜੇ ਢਕੋ ਕੇ ਰੱਖੇ ਹੋਏ ਆ। ਅੱਛਾ ਜੀ, ਨੰਬਰਦਾਰਾਂ ਦਾ ਘਰ ਆ ਜਮਾ ਨਾਲ ਮਸੀਦ ਦੇ ਵਿੱਚੇ ਲੜਿਆ, ਕੋਈ ਪਤਾ ਨਹੀਂ ਲੱਗਦਾ ਜੇ ਸਿੱਖ ਆ ਕਿ ਮੁਸਲਮਾਨ ਆ, ਕੋਈ ਪਤਾ ਨਹੀਂ। ਤੇ ਉਧਰਲੇ ਬੰਨੇ ਵੀ ਪਾਕਿਸਤਾਨ ਚ ਵੀ ਆਹੀ ਚੀਜ਼, ਮਤਲਬ ਉਹ ਇੱਕ ਇਕੱਲੇ ਮੁਸਲਮਾਨ ਹੀ ਆ ਸਾਰੇ ਉਸ ਪਿੰਡ ਦੇ ਵਿੱਚ? ਵਿੱਚ ਹੈਗੇ ਆ ਘਰ, ਹੈਗੇ ਆ ਕਾਮੇ ਘਰ ਆ, ਜਿਵੇਂ ਹੁਣ ਅਸੀਂ ਪਿੰਡਾਂ ਚ ਬੈਠੇ ਆ ਮੁਸਲਮਾਨ ਆ, ਇੱਕੋ ਹੀ ਆ ਉਧਰ ਵੀ।
ਤੇ ਉਧਰਲੇ ਪਾਸੇ ਕੋਈ ਖਤਰਾ ਨਹੀਂ ਸੀ ਉਹ ਸਿੱਖਾਂ ਨੂੰ ਉਸ ਟਾਈਮ ਦੇ ਨਾ ਜੀ ਜਮੇ ਨਹੀਂ ਉਦੋਂ ਦਾ ਸੀਗਾ ਜੀ ਉਹ ਜੋ ਫਿਰ ਜਿਵੇਂ ਸਾਨੂੰ ਲੋਕਾਂ ਨੇ ਰੱਖਿਆ ਲੁਕੋ ਕੇ ਉਵੇਂ ਇਹ ਮੁਸਲਮਾਨਾਂ ਨੇ ਉਹ ਲੁਕੋ ਕੇ ਰੱਖੇ ਤੇ ਉਧਰਲੇ ਪਾਸੇ ਫਿਰ ਜਿਹੜੇ ਸਿੱਖ ਇਧਰੋਂ ਗਏ ਸੀ ਹੁਣ ਧਰਮ ਬਦਲਣਾ ਪਿਆ ਸੀਗਾ ਆਪਦਾ ਉਹਦਾ ਜੀ ਇੰਨਾ ਮੈਨੂੰ ਪਤਾ ਨਹੀਂ ਬਦਲਿਆ ਹੀ ਹੋਊ ਧਰਮ ਬਦਲਣਾ ਪਿਆ ਸੀ ਫਿਰ ਉਧਰ ਜਾ ਕੇ ਉਹਨਾਂ ਨੂੰ ਸਿੱਖਾਂ ਨੂੰ मुताबिक धर्म तब्दील भी कर ले पर कई ने धर्म तब्दील नहीं कर सिखी धर्म ही है चार लंबर लारियां पांच कठिया हो गई कहते अख्या भी घर छड़ के नहीं जाना असि मुकाबला करांगे तुहाडे नाल फिर कहते मिलिट्री आई गडोडू आए कहते उन्होंने सानू मारिया अग लाती फिर कहते जो पत्रकार नहीं आई दूजी मुसलमान कहते सानू पाकिस्तान च निकाल के लगाए फिर नहीं साडे नेड़े लग्या कुछ एक सिख राफा लेके चढ़ गया तहां चवारे च कहता लाओ वाक केड़ा लाऊगा कोई तहां नहीं चढ़ने दिता फिर उन्हें दसदा हुंदा गल्ला ठीक है जन वास बैठी होगी जो पढ़ हटिया सगन दे जाने कबूल है कबूल है कुछ बापू जी मैं वीडियो सारी आप बना ली है अपने बापू जी नाम है सीका खां ते ओ किथे रहंदे जी ओहो ओ रहंदे आ गए अपने बापू जी दी वीडियो जरूर देख लैण ते अपने वीडियो लाइक कमेंट ते शेयर जरूर करिया करो बाई जी ते अपने नवे नवे कंटेंटा वास्ते ते नवे नवे वीडियो देखणा ते अपना चैनल सबसक्राइब कर लो ते खुंड पंजाब वालों सानूं धन्नवाद जी धन्नवाद।